मैं मनदीप सिंह सिद्धू एसएसपी पटियाला आज आप नाल सब नाल कोरोना वायरस बारे गल करना चाहना है। इस भयंकर महामारी बारे असी पटियाला पुलिस ने यह सोचा कि समाज नू एक सुनेहा देने लई जिहड़े कि समाज दे विच उच्च अहुदिआं ते ਤੇ ਰਿਸਪੈਕਟਡ ਅਹੁਦਿਆਂ ਤੇ ਜਿਹੜੇ ਤਨਾਤ ਹੈ ਜਾਂ ਤਨਾਤ ਰਹੇ ਆ ਉਹਨਾਂ ਨਾਲ ਰੂਬਰੂ ਕਰਾਈਏ। ਅੱਜ ਸਾਡੇ ਨਾਲ ਇਸ ਸਾਰੀ ਸਾਡੇ ਨਾਲ ਸ਼ਾਮਲ ਹੋਏ ਨੇ ਡਾਕਟਰ ਘੁੰਮਣ ਜੋ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ, ਜਨਰਲ ਸਿੱਧੂ ਜੋ ਪਟਿਆਲਾ ਨਿਵਾਸੀ ਹੈ, ਡਾਕਟਰ ਮਨਮੋਹਨ ਸਿੰਘ ਜੋ ਕਿ ਉੱਘੇ ਪਟਿਆਲਾ ਦੇ ਜਿਹੜੇ ਡਾਕਟਰ ਹੈ ਤੇ ਹਾਰਟ ਸਰਜਨ ਹੈ, ਮੇਰੇ ਨਾਲ ਏਅਰ ਮਾਰਸ਼ਲ ਗਿੱਲ ਜਿਹੜੇ ਕਿ ਏਅਰਫੋਰਸ ਦੇ ਬੜੇ ਉੱਚ ਅਹੁਦੇ ਤੋਂ ਰਿਟਾਇਰ ਹੋਏ ਹੈ। ਸਾਡੇ ਨਾਲ ਡਾਕਟਰ ਉੱਬਾ ਜੋ ਕਿ ਪ੍ਰਿੰਸੀਪਲ ਖਾਲਸਾ ਕਾਲਜ ਪਟਿਆਲਾ ਦੇ ਹੈ, ਅਤੇ ਬ੍ਰਿਗੇਡੀਅਰ ਡੇਵਿਡ ਗਰੇਵਾਲ ਜੋ ਕਿ ਜੀ ਓ ਜੀ ਦੇ ਪਟਿਆਲੇ ਦੇ ਹੈੱਡ ਹੈ। ਅੱਜ ਸਾਡੇ ਇੱਥੇ ਇਕੱਤਰ ਹੋਣ ਦਾ ਇੱਕ ਮੈਸੇਜ ਇਹ ਸੀ, ਜਿਵੇਂ ਕਿ ਤੁਹਾਨੂੰ ਪਤਾ ਪਟਿਆਲਾ ਪੁਲਿਸ ਪਿਛਲੇ ਕੁਛ ਦਿਨਾਂ ਤੋਂ ਦਿਨ ਰਾਤ ਤੁਹਾਡੇ ਨਾਲ ਤੁਹਾਡੀ ਸੁਰੱਖਿਆ ਲਈ ਤੋ ਆਪਣੀ ਪੂਰਾ ਟ੍ਰੇਨਡ ਹੋ ਨਾ ਹੋਣ ਦੇ ਬਾਵਜੂਦ ਉਹ ਲੋਕਾਂ ਦੀ ਸੁਰੱਖਿਆ ਲਈ, ਲੋਕਾਂ ਦੀ ਜਾਨ ਦੀ ਸੁਰੱਖਿਆ ਲਈ ਦਿਨ ਰਾਤ ਡਿਊਟੀ ਦੇ ਰਹੀ ਹੈ। ਇਹਦੇ ਲਈ ਅੱਜ ਇਸ ਇਕੱਤਰਤਾ ਰਾਹੀਂ ਤੁਹਾਨੂੰ ਆਪਣੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਵੱਲੋਂ ਦਿੱਤਾ ਗਿਆ ਸਿਹਤ ਐਕਸਪਰਟ ਵੱਲੋਂ ਦਿੱਤੇ ਗਏ ਸੁਨੇਹੇ ਨੂੰ ਅੱਜ ਬੇਨਤੀ ਕਰਦੇ ਹਾਂ ਕਿ ਉਹਨੂੰ ਆਪਾਂ ਲਾਗੂ ਕਰੀਏ। ਇਹਦੇ ਵਿੱਚ ਆਪ ਤੋਂ ਪੂਰਨ ਸਹਿਯੋਗ ਦੀ ਮੰਗ ਕਰਦੇ ਹਾਂ। ਅਸੀਂ ਮੈਂ ਜ਼ਿਲ੍ਹਾ ਪੁਲਿਸ ਅਤੇ ਸਾਡੇ ਸਾਰੇ ਥੱਲੋਂ ਤੱਕ ਦੇ ਜਵਾਨ ਜੇ ਦਿਨ ਰਾਤ ਡਿਊਟੀ ਦੇ ਰਹੇ ਹਾਂ, ਆਪਦੀ ਜਾਨ ਨੂੰ ਜੋਖਮ ਦੇ ਵਿੱਚ ਪਾ ਰਹੇ ਹਾਂ, 24 ਘੰਟੇ ਡਿਊਟੀ ਦੇ ਰਹੇ ਹਾਂ, ਤਾਂ ਮੈਂ ਉਹਦਾ ਇੱਕੋ ਇੱਕ ਮਕਸਦ ਆਪਣੇ ਲੋਕਾਂ ਨੂੰ ਬਚਾਉਣਾ ਇਸ ਵਾਇਰਸ ਤੋਂ ਅੱਗੇ ਛੂਤ ਛਾਤ ਨਾ ਫੈਲੇ। ਇਹ ਜਿਹੜਾ ਕਿ ਬਹੁਤ ਔਖਾ ਕੰਮ ਹੈ, ਬਹੁਤ ਸਾਰੇ ਪੰਜਾਬੀਆਂ ਨੂੰ ਇਹ ਲੱਗਦਾ ਹੈ ਕਿ ਇਹ ਰੋਕਾਂ ਕਿਉਂ ਹੈ। ਇਹ ਰੋਕਾਂ ਸਿਰਫ ਸ਼ੌਂਕ ਦੀਆਂ ਰੋਕਾਂ ਨਹੀਂ, ਇਹ ਕਰਫਿਊ ਕੋਈ ਉਸ ਢੰਗ ਦਾ ਕਰਫਿਊ ਨਹੀਂ ਜਦੋਂ ਲੋਕ ਉਲੰਘਣਾ ਕਰਨਾ ਚਾਹੁੰਦੇ ਹੁੰਦੇ ਆ ਤਾਂ ਜਾਂ ਲੋਕ ਇੱਕ ਪੱਖ ਜਾਂ ਹੋਰ ਪੱਖ 'ਤੇ ਇਕੱਤਰ ਹੋਣਾ ਚਾਹੁੰਦੇ ਆ। ਇਹ ਕਰਫਿਊ ਇਸ ਗੱਲ ਦਾ ਹਰ ਬੰਦੇ ਲਈ, ਹਰ ਬੰਦੇ ਨੂੰ ਖੁਸ਼ ਹੋਣਾ ਚਾਹੀਦਾ ਅਤੇ ਧੰਨਵਾਦੀ ਹੋਣਾ ਚਾਹੀਦਾ ਕਿ ਇਹ ਸਾਨੂੰ ਰੋਕਿਆ ਜਾ ਰਿਹਾ। ਰੋਕਣ ਦਾ ਇੱਕੋ ਇੱਕ ਮਕਸਦ ਇਹ ਹੈ, ਇਹ ਬਿਮਾਰੀ ਜਿਹੜੀ ਹੈ ਕਰੋਨਾ ਵਾਇਰਸ, ਇਹ ਛੂਤ ਦੀ ਬਿਮਾਰੀ ਹੈ। ਜਿੰਨਾ ਇਸ ਕਰਕੇ ਤੁਹਾਡੇ ਤੋਂ ਗੌਰਮੈਂਟ ਵੱਲੋਂ ਬਹੁਤ ਸਾਰੇ ਉਪਰਾਲੇ ਕੀਤੇ ਜਾ ਰਹੇ ਆ, CM ਪੰਜਾਬ, ਜ਼ਿਲ੍ਹਾ ਐਡਮਿਨਿਸਟ੍ਰੇਸ਼ਨ, ਡਿਪਟੀ ਕਮਿਸ਼ਨਰ, ਹੋਰ ਬਹੁਤ ਸਾਰੇ ਮਹਿਕਮਿਆਂ ਵੱਲੋਂ ਵੱਖ ਵੱਖ ਉਪਰਾਲੇ ਕੀਤੇ ਜਾ ਰਹੇ ਆ। ਉਹਨਾਂ ਉਪਰਾਲਿਆਂ ਦਾ ਮਕਸਦ ਜਿਹੜੀਆਂ ਚੀਜ਼ਾਂ ਤੁਹਾਡੇ ਘਰਾਂ ਦੇ ਵਿੱਚ ਡਿਲੀਵਰੀ ਤੱਕ ਦਾ ਮਕਸਦ ਹੈ, ਪਰ ਉਹਦੇ ਵਿੱਚ ਕਿਉਂਕਿ ਆਪਣੀਆਂ ਇਹ ਚੀਜ਼ਾਂ ਨੂੰ ਕਰਨ ਦੇ ਵਿੱਚ ਟਾਈਮ ਲੱਗਦਾ ਤਾਂ ਇੱਕਦਮ ਅਸੀਂ ਉਸ ਪਾਸੇ ਲੱਗ ਗਏ ਹਾਂ। ਮੇਰੀ ਇੱਕੋ ਹੀ ਬੇਨਤੀ ਹੈ, ਇਹਨੂੰ ਜਿਹੜੇ ਸਾਰੀ ਇਸ ਜਿਹੜੀ ਕਰੋਨਾ ਵਾਇਰਸ ਦੀ ਗੱਲ ਚੱਲੀ ਹੈ, ਇਹਨੂੰ ਮਜ਼ਾਕ ਦੇ ਤੌਰ 'ਤੇ ਨਾ ਲਈਏ, ਇਹਨੂੰ ਆਪਾਂ ਇਸ ਢੰਗ ਨਾਲ ਲਈਏ ਕਿ ਇਹ ਛੂਤ ਦੀ ਬਿਮਾਰੀ ਹੈ, ਅਸੀਂ ਆਪਦਾ ਘਰ ਰਵਾਂਗੇ ਤਾਂ ਹੀ ਆਪਣਾ ਬਚਾਅ ਹੋਊਗਾ। ਦੂਜਾ, ਇਹਦੇ ਨਾਲ ਨਾਲ ਆਪਣੇ ਜਿੱਥੇ ਪੁਲਿਸ ਕਰਮਚਾਰੀ, ਕੋਈ ਵੀ ਪੁਲਿਸ ਕਰਮਚਾਰੀ ਆਪਦੀ ਮਰਜ਼ੀ ਨਾਲ ਨਹੀਂ, ਉਹ ਆਪਣੇ ਪਰਿਵਾਰਾਂ ਨੂੰ ਜਿਹੜੇ ਕਿ ਪਰਿਵਾਰਾਂ ਨੂੰ ਵੀ ਆਪਦੇ ਉਹਨੂੰ ਫਿਕਰ ਆਪਦੇ ਬਚਾਅ ਲਈ, ਫਿਰ ਵੀ ਆਪਣੇ ਲੋਕਾਂ ਨੂੰ ਬਚਾਉਣ ਲਈ ਜੇ ਨਾਕਿਆਂ 'ਤੇ ਖੜ੍ਹ ਕੇ ਦਿਨ ਰਾਤ ਡਿਊਟੀ ਦੇ ਰਿਹਾ, ਉਹ ਆਪਦੇ ਲੋਕਾਂ ਨੂੰ ਬਚਾਉਣ ਲਈ ਡਿਊਟੀ ਦੇ ਰਿਹਾ। ਇਸ ਕਰਕੇ ਜੋ ਪ੍ਰਸ਼ਾਸਨ ਦਾ, ਸਰਕਾਰ ਦਾ ਹੁਕਮ ਅੱਗੇ ਲਾਗੂ ਕਰਾ ਰਿਹਾ, ਉਹਨਾਂ ਨੂੰ ਸਹਿਯੋਗ ਦੇਈਏ। ਸਹਿਯੋਗ ਦਿੰਦੇ ਦਿੰਦੇ ਇਹ ਇਸ ਗੱਲ ਦਾ ਵੀ ਆਪਾਂ ਨੂੰ ਇਹ ਚੇਤਨ ਰਹੀਏ ਇਸ ਗੱਲ ਲਈ ਕਿ ਅਸੀਂ ਸਾਰਿਆਂ ਨੇ ਰਲ ਕੇ ਬਿਮਾਰੀ ਤੋਂ ਬਚਾਅ ਕਰ ਸਕਦੇ ਹਾਂ। ਜੇ ਕੋਈ ਇਹ ਸੋਚੂਗਾ ਸ਼ਾਇਦ ਇਹ ਨਾਕਿਆਂ 'ਤੇ ਖੜ੍ਹੀ ਪੁਲਿਸ ਹੀ ਸਾਨੂੰ ਇਹ ਵਾਇਰਸ ਤੋਂ ਬਚਾਊਗੀ ਜਾਂ ਡਾਕਟਰ ਸਮਾਨ ਹੀ ਸਾਰੀ ਇਸ ਬਿਮਾਰੀ ਤੋਂ ਬਚਾਉਣਗੇ, ਫਿਰ ਸ਼ਾਇਦ ਹੋ ਸਕਦਾ ਅਸੰਭਵ ਹੋਵੇ। ਇਹ ਨਾ ਹੋਵੇ ਵੀ ਇਹ ਵੇਲੇ 'ਤੇ ਆਪਾਂ ਨੂੰ ਪਛਤਾਉਣਾ ਪਵੇ ਅਤੇ ਇਹ ਵੇਲਾ ਆਪਣੇ ਹੱਥੋਂ ਲੰਘ ਜੇ। ਅਤੇ ਇੱਕ ਹੋਰ ਮੈਂ ਖਾਸ ਤੌਰ 'ਤੇ ਕਹਿਣਾ ਚਾਹੂੰਗਾ, ਬਹੁਤ ਸਾਰੇ ਸਾਨੂੰ ਨਾਕਿਆਂ 'ਤੇ ਸਿਆਣੇ ਬੰਦੇ ਆ ਉਹ ਜਿਹੜੇ ਆ ਉਹ ਸਮਝ ਗਏ ਆ, ਬਹੁਤ ਸਾਰੇ ਬੱਚਿਆਂ ਨੂੰ ਸਮਝਾ ਰਹੇ ਆ, ਯੰਗਸਟਰ ਨੂੰ ਇਸ ਗੱਲ ਦਾ ਇੱਕ ਇਸ ਢੰਗ ਦੀ ਫੀਲਿੰਗ ਹੈ ਵੀ ਇਹ ਤਾਂ ਜ਼ਿਆਦਾ ਉਮਰ ਦੇ ਬੰਦਿਆਂ ਨੂੰ ਬਿਮਾਰੀ ਹੁੰਦੀ ਹੈ। ਮੇਰੀ ਰਿਕੁਐਸਟ ਇਹ ਹੈ ਜੋ ਉੱਘੇ ਡਾਕਟਰ 'ਤੇ ਵਾਰ ਵਾਰ ਇਹ ਮੈਸੇਜ ਕਨਵੇ ਹੋ ਰਿਹਾ, ਜਿਹੜੇ ਯੰਗਸਟਰ ਆ ਉਹ ਕੋਰੀਅਰ ਹੋ ਸਕਦੇ ਆ, ਤੁਸੀਂ ਆਪਣੇ ਮਾਂ ਬਾਪ ਦੀ ਜੇ ਇੱਜ਼ਤ ਕਰਦੇ ਹੋ, ਤੁਸੀਂ ਆਪਦੇ ਭੈਣ ਭਰਾ ਦੀ ਇੱਜ਼ਤ ਕਰਦੇ ਹੋ, ਐਂ ਨਾ ਹੋਵੇ ਕਿ ਤੁਸੀਂ ਬਾਹਰ ਮਿਲ ਲਈ ਆਓ, ਗਰਾਊਂਡਾਂ ਦੇ ਵਿੱਚ ਆਓ, ਸਾਨੂੰ ਦਿੱਕਤ ਆ ਰਹੀ ਹੈ, ਤੁਹਾਨੂੰ ਸਮਝਾ ਰਹੇ ਹਾਂ, ਗਰਾਊਂਡਾਂ 'ਚ ਨਾ ਇਕੱਠੇ ਹੋ, ਕਹਿੰਦੇ ਜੀ ਕਰਫਿਊ ਹੈ, ਗਰਾਊਂਡ 'ਚ ਇਕੱਠੇ ਹੋ ਸਕਦੇ ਹਾਂ। ਕਿਤੇ ਇਹ ਨਾ ਹੋਵੇ ਬਾਹਰੋਂ ਵਾਇਰਸ ਲੈ ਕੇ ਆਪਦੇ ਕੋਈ ਵੀ ਆਦਮੀ ਆਪਦੇ ਮਾਂ ਬਾਪ, ਆਪਣੇ ਭੈਣ ਭਰਾ ਦਾ ਨੁਕਸਾਨ ਨਹੀਂ ਚਾਹੁੰਦਾ, ਕਿਤੇ ਵਾਇਰਸ
ਆਪਾਂ ਬਾਹਰੋਂ ਆਪਣੇ ਘਰ ਨੂੰ ਨਾ ਲੈ ਜਾਈਏ ਜਾਂ ਘਰੋਂ ਵਾਇਰਸ ਕਿਤੇ ਬਾਹਰ ਨਾ ਲੈ ਜਾਈਏ। ਇਸ ਲਈ ਸਾਰਿਆਂ ਲਈ ਆਪਣੇ ਘਰਾਂ ਵਿੱਚ ਰਹਿ ਕੇ ਆਪਣੀ ਪ੍ਰੋਡਕਟਿਵ ਸੋਚ ਦੇ ਨਾਲ ਸਾਡੇ ਜਿਹੜੇ ਜੇ ਤੁਹਾਡੇ ਕੋਈ ਬਹੁਤ ਵੈਲਿਡ ਸੁਝਾਅ ਹੈ ਸੁਸਾਇਟੀ ਨੂੰ ਕਿਵੇਂ ਅੱਗੇ ਲਿਜਾਇਆ ਜਾ ਸਕਦਾ ਜਾਂ ਕਿਵੇਂ ਕਿਵੇਂ ਹੈ ਜਿਹੜੀ ਚੀਜ਼ਾਂ, ਇਹੋ ਜਿਹੇ ਸੁਝਾਅ ਸਾਡੇ ਫੇਸਬੁੱਕ ਪੇਜ 'ਤੇ ਉਹਨਾਂ 'ਤੇ ਕਰੋ। ਜਿੰਨੇ ਅੱਜ ਮੇਰੇ ਨਾਲ ਦੇ ਸਾਡੇ ਸਾਥੀ ਆਏ ਹੈ ਬੜੇ ਸੀਨੀਅਰ ਅਹੁਦਿਆਂ ਦੇ ਤਣਾਅ ਦਾ, ਉਹ ਆਪਦੇ ਐਕਸਪੀਰੀਅੰਸ ਦੇ ਵਿੱਚੋਂ ਗੱਲ ਸ਼ੇਅਰ ਕਰਨਗੇ। ਮੈਨੂੰ ਉਮੀਦ ਹੈ ਕਿ ਜਿਵੇਂ ਹੁਣ ਤੱਕ ਮੈਂ ਤੁਹਾਡਾ ਸ਼ੁਕਰੀਆ ਵੀ ਕਰਦਾ, ਜਿਹੜੇ ਬਹੁਤ ਡਿਸਿਪਲਿਨ ਦੇ ਤੌਰ 'ਤੇ ਜੇ ਪਟਿਆਲਾ ਵਾਸੀਆਂ ਨੇ ਸਾਡੀ ਗੱਲ ਮੰਨੀ ਹੈ, ਕਈ ਲੈਵਲ 'ਤੇ ਤੁਹਾਡੀ ਜਾਨ ਦੀ ਹਿਫਾਜ਼ਤ ਕਰਨ ਲਈ ਥੋੜ੍ਹੀ ਜਿਹੀ ਸਾਨੂੰ ਕਿਤੇ ਨਾ ਕਿਤੇ ਸਖ਼ਤੀ ਵੀ ਕਰਨੀ ਪੈਂਦੀ ਹੈ, ਪਰ ਸਾਰੇ ਸਮਾਜ ਨੇ ਸਾਡੇ ਨਾਲ ਖੜਾ, ਉਹ ਕਹਿੰਦੇ ਸਾਡੀਆਂ ਜਾਨਾਂ ਬਚਣੀਆਂ ਚਾਹੀਦੀਆਂ। ਇਹ ਸਖ਼ਤੀ ਨੂੰ ਵੀ ਸਾਡਾ, ਅਸੀਂ ਬਿਲਕੁਲ ਨਹੀਂ ਚਾਹੁੰਦੇ ਕਿ ਤੁਹਾਡੇ ਨਾਲ ਸਖ਼ਤੀ ਕਰੀਏ। ਸਾਨੂੰ ਫਿਕਰ ਹੈ ਤੁਹਾਡਾ, ਸਾਨੂੰ ਫਿਕਰ ਹੈ ਤੁਹਾਡੇ ਮਾਂ ਬਾਪ ਦਾ, ਸਾਨੂੰ ਫਿਕਰ ਹੈ ਤੁਹਾਡੇ ਪਰਿਵਾਰਾਂ ਦਾ। ਇਸ ਕਰਕੇ ਜੋ DGP ਪੰਜਾਬ ਵੱਲੋਂ ਵਾਰ ਵਾਰ ਸਾਨੂੰ ਪੁੱਛਿਆ ਜਾ ਰਿਹਾ, ਉਹ ਕਹਿੰਦੇ ਤੁਹਾਡੀ ਕਾਮਯਾਬੀ ਸਾਡੀ ਕਾਮਯਾਬੀ ਦਾ ਇੱਕ ਪੈਰਾਮੀਟਰ। DG ਸਾਹਿਬ ਨੇ ਕਹਿ ਤਾ ਵੀ ਜੇ ਤੁਹਾਡੇ ਏਰੀਏ 'ਚ ਘੱਟ ਕਰੋਨਾ ਦੇ ਕੇਸ ਆਉਣਗੇ, ਅਸੀਂ ਸੋਚਾਂਗੇ ਵੀ ਸਾਡੇ ਅਫਸਰਾਂ ਨੇ, ਸਾਡੇ ਜਵਾਨਾਂ ਨੇ ਜਿਹੜੀ ਹੈ ਡਿਊਟੀ ਬੜੀ ਮਿਹਨਤ ਨਾਲ ਡਿਊਟੀ ਦਿੱਤੀ ਹੈ। ਇਸ ਕਰਕੇ ਮੈਂ ਦੁਬਾਰਾ ਫਿਰ ਤੁਹਾਨੂੰ ਇਹ ਸਾਰੇ ਆਪਣਾ ਸਾਰਿਆਂ ਦੇ ਸਾਂਝੇ ਮਿਸ਼ਨ ਨੂੰ ਰਲ ਕੇ ਆਪਣੇ ਲੋਕਾਂ ਨੂੰ ਬਚਾਉਣ ਲਈ ਇੱਕ ਹੀਲਾ ਕਰੀਏ। ਅਤੇ ਇਵੇਂ ਹੀ ਮੈਂ ਛੋਟੇ ਛੋਟੇ ਸੁਨੇਹੇ ਆ ਜਿਹੜੇ ਮੇਰੇ ਨਾਲ, ਜਿਹੜੇ ਬਹੁਤ ਹੀ ਸਾਡੀ ਛੋਟੀ ਜਿਹੀ ਬੇਨਤੀ ਦੇ ਵਿੱਚ ਇੱਥੇ ਜਿਹੜੇ ਆਏ ਆ, ਮੈਂ ਉਹਨਾਂ ਨੂੰ ਜੀ ਆਇਆਂ ਵੀ ਕਹਿੰਦਾ, ਸਵਾਗਤ ਵੀ ਕਰਦਾ, ਅਤੇ ਉਹ ਆਪਣੇ ਵਿਚਾਰ ਸਾਂਝੇ ਕਰਨਗੇ। ਮੈਨੂੰ ਉਮੀਦ ਹੈ ਕਿ ਇਸ ਤੋਂ ਬਾਅਦ ਪਟਿਆਲਾ ਸਾਰੇ ਪੰਜਾਬ ਲਈ, ਪਟਿਆਲਾ ਵਾਸੀ ਅਤੇ ਇੱਥੋਂ ਗਿਆ ਹੋਇਆ ਸਾਰਾ ਸਾਰੇ ਵਰਲਡ ਦੇ ਵਿੱਚ ਪਹੁੰਚੂਗਾ, ਕਿਵੇਂ ਪਟਿਆਲੇ ਦੇ ਲੋਕਾਂ ਨੇ ਸੋਚ ਲਿਆ ਕਿ ਅਸੀਂ ਆਪਦੇ ਸਾਥੀਆਂ ਦੀ, ਆਪਦੇ ਪਰਿਵਾਰਾਂ ਦੀ, ਆਪਦੇ ਮੁਹੱਲੇ ਦੀ, ਆਪਦੇ ਸ਼ਹਿਰ ਵਾਲਿਆਂ ਦੀ, ਆਪਦੇ ਪੰਜਾਬ ਦੀ, ਆਪਦੇ ਹਿੰਦੁਸਤਾਨੀਆਂ ਦੀ ਜਾਨ ਇਸ ਵਾਇਰਸ ਕਰਕੇ ਨਹੀਂ ਜਾਣੀ। ਕੀ ਫਰਕ ਪੈਂਦਾ ਜੇ 21 ਦਿਨ ਅਸੀਂ ਘਰਾਂ ਦੇ ਵਿੱਚੋਂ ਬਾਹਰ ਨਹੀਂ ਨਿਕਲਾਂਗੇ। ਇੰਨਾ ਕਹਿੰਦਾ ਹੋਇਆ ਮੈਂ ਪਟਿਆਲਾ ਪੁਲਿਸ ਦੇ ਸਾਰੇ ਜਵਾਨਾਂ ਵੱਲੋਂ ਇੱਕ ਵਚਨਬੱਧਤਾ ਦੁਆਰਾ ਦੁਹਰਾਉਣਾ। ਅਸੀਂ, ਸਾਡੀ ਸਟਰੈਂਥ ਘੱਟ ਹੋ ਸਕਦੀ ਹੈ, ਸਾਡੇ ਵਰਕਿੰਗ ਆਰ ਜਿਹੜੇ ਆਲਰੇਡੀ ਅਸੀਂ 12-12 ਘੰਟੇ ਡਿਊਟੀ ਦੇ ਰਹੇ ਹਾਂ, ਅਸੀਂ ਇਸ ਤੋਂ ਵੱਧ ਵੀ ਬੜੇ ਸ਼ੌਂਕ ਅਤੇ ਚਾਅ ਦੇ ਨਾਲ ਅਸੀਂ ਡਿਊਟੀ ਦੇਵਾਂਗੇ, ਪਰ ਸਾਡੇ ਲਈ ਤੁਹਾਡੀਆਂ ਜਾਨਾਂ ਬੜੀਆਂ ਇੰਪੋਰਟੈਂਸ ਹੈ। ਜੇ ਅਸੀਂ ਤੁਹਾਡੇ ਬਾਰੇ, DGP ਪੰਜਾਬ ਤੁਹਾਡੇ ਬਾਰੇ, ਤੁਹਾਡੀ ਜਾਨ ਬਾਰੇ ਇੰਨਾ ਚਿੰਤਤ ਹੈ, CM ਪੰਜਾਬ ਚਿੰਤਤ ਹੈ, ਤਾਂ ਤੁਹਾਨੂੰ ਵੀ ਆਪਣੀਆਂ ਜਾਨਾਂ ਬਾਰੇ ਚਿੰਤਤ ਹੋਣਾ ਜ਼ਰੂਰੀ ਹੈ। ਧੰਨਵਾਦ। ਮੈਂ ਪ੍ਰੋਫੈਸਰ VS ਘੁੰਮਨ, ਵਾਈਸ ਚਾਂਸਲਰ ਪੰਜਾਬ ਯੂਨੀਵਰਸਿਟੀ ਪਟਿਆਲਾ, ਸਾਰੇ ਹਿੰਦੁਸਤਾਨੀਆਂ ਨੂੰ, ਪੰਜਾਬ ਦੇ ਨਿਵਾਸੀਆਂ ਨੂੰ ਅਤੇ ਖਾਸ ਕਰਕੇ ਪਟਿਆਲਾ ਜ਼ਿਲ੍ਹੇ ਦੇ ਨਿਵਾਸੀਆਂ ਨੂੰ ਪੁਰਜ਼ੋਰ ਅਪੀਲ ਕਰਦਾ ਵੀ ਜੋ ਕਰੋਨਾ ਵਾਇਰਸ ਮਹਾਂਮਾਰੀ ਸੰਸਾਰ ਦੇ ਵਿੱਚ ਫੈਲੀ ਹੋਈ ਹੈ, ਇਸ ਦੇ ਵਿੱਚੋਂ ਸਾਨੂੰ ਬਚ ਕੇ ਬਾਹਰ ਨਿਕਲਣਾ ਚਾਹੀਦਾ। ਆਮ ਕਹਾਵਤ ਹੈ, ਬਚਾਅ ਵਿੱਚ ਹੀ ਬਚਾਅ ਹੈ। ਇਸ ਮੌਕੇ 'ਤੇ ਮੇਰੇ ਅਧਿਆਪਕ ਸਾਥੀ, ਵਿਦਿਆਰਥੀ ਅਤੇ ਬਾਕੀ ਜਿਹੜਾ ਸਿੱਖਿਅਤ ਵਰਗ ਹੈ, ਉਹ ਬਹੁਤ ਅਹਿਮ ਰੋਲ ਅਦਾ ਕਰ ਸਕਦਾ। ਅਸੀਂ ਪ੍ਰਧਾਨ ਮੰਤਰੀ ਜੀ ਨੂੰ 2 ਵਾਰ ਸੁਣਿਆ, ਅਸੀਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਕਈ ਵਾਰੀ ਸੁਣ ਚੁੱਕੇ ਹਾਂ। ਸੰਸਾਰ ਭਰ ਦੀਆਂ ਖੋਜਾਂ ਬਾਰੇ ਆਪਾਂ ਨੂੰ ਪਤਾ, ਉਹ ਸਾਰਿਆਂ ਦਾ ਜਿਹੜਾ ਇੱਕ ਸੁਨੇਹਾ ਹੈਗਾ ਉਹ ਹੈ ਵੀ ਜੇ ਅਸੀਂ ਇਸ ਨੂੰ ਇਸ ਪੜਾਅ ਦੇ ਵਿੱਚ ਰੋਕ ਲਿਆ ਤਾਂ ਅਸੀਂ ਹਿੰਦੁਸਤਾਨ, ਪੰਜਾਬ ਨੇ ਇਸ 'ਤੇ ਜਿੱਤ ਪ੍ਰਾਪਤ ਕਰ ਲਈ ਹੈ। ਇਸ ਪੜਾਅ 'ਤੇ ਰੋਕਣ ਲਈ ਸਾਨੂੰ 2 ਗੱਲਾਂ 'ਤੇ ਜ਼ੋਰ ਦੇਣਾ ਹੈਗਾ। ਇੱਕ ਤਾਂ ਵੀ ਵਿੱਤ ਪਾ ਕੇ ਰੱਖਣਾ, ਜਿਹਨੂੰ ਸੋਸ਼ਲ ਡਿਸਟੈਂਸਿੰਗ ਕਹਿੰਦੇ ਹਾਂ, ਦੂਜਾ ਸਾਫ਼ ਸਫਾਈ ਵੱਲ ਧਿਆਨ ਦੇਣਾ। ਇਸ ਸੁਨੇਹੇ ਨੂੰ ਮੇਰੇ ਅਧਿਆਪਕ ਸਾਥੀ ਅਤੇ ਵਿਦਿਆਰਥੀ ਪਹਿਲਾਂ ਆਪਣੀ ਜ਼ਿੰਦਗੀ 'ਚ ਅਪਣਾ ਕੇ ਘਰ ਘਰ ਪਹੁੰਚਾਉਣ। ਜਿੱਦਾਂ SSP ਸਾਹਿਬ ਕਹਿ ਰਹੇ ਸੀ ਵੀ ਨੌਜਵਾਨਾਂ ਨੂੰ ਇਹ ਗਲਤ ਫਹਿਮੀ ਹੈ ਵੀ ਇਹ ਵੀ ਪੰਜਾਬ ਦੇ ਨੌਜਵਾਨ, ਪੰਜਾਬ ਦੇ ਅਧਿਆਪਕ ਇਸ ਸੁਨੇਹੇ ਨੂੰ ਘਰ ਘਰ ਪਹੁੰਚਾਉਣਗੇ ਵੀ ਅਸੀਂ ਵੀ ਉਨੇ ਜ਼ਿੰਮੇਵਾਰ ਹਾਂ ਜਿੰਨੇ ਬਾਕੀ ਜ਼ਿੰਮੇਵਾਰ ਹੈ। ਅੱਜ ਤੋਂ ਬਾਅਦ ਕੋਈ ਵੀ ਵਿਦਿਆਰਥੀ ਦੇ ਮਨ ਦੇ ਵਿੱਚ ਇਹ ਧਾਰਨਾ ਨਹੀਂ ਹੋਏਗੀ ਵੀ ਇਹ ਜਿਹੜਾ ਵਾਇਰਸ ਹੈ ਸਾਨੂੰ ਨਹੀਂ ਹੋ ਸਕਦਾ। ਇਹ ਵਾਇਰਸ ਦੇ ਵਿਰੁੱਧ ਲੜਨ ਲਈ ਅੰਬੈਸਡਰ ਦੇ ਤੌਰ 'ਤੇ ਘਰ ਘਰ ਪਹੁੰਚਾਉਣਗੇ, ਸੁਨੇਹਾ ਪਹੁੰਚਾਉਣਗੇ। ਘਰ ਘਰ ਸੁਨੇਹਾ ਟੈਕਨੋਲੋਜੀ ਦੇ ਮਾਧਿਅਮ ਰਾਹੀਂ ਪਹੁੰਚਾਇਆ ਜਾ ਸਕਦਾ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਮੇਰੇ ਅਧਿਆਪਕ ਸਾਥੀ ਅਤੇ ਵਿਦਿਆਰਥੀ ਇਸ ਮਿਸ਼ਨ ਦੇ ਵਿੱਚ, ਇਸ ਮੁਹਿੰਮ ਦੇ ਵਿੱਚ ਪੁਰਜ਼ੋਰ ਆਪਣਾ ਰੋਲ ਅਦਾ ਕਰਕੇ ਇਸ ਮਹਾਂਮਾਰੀ ਨੂੰ ਪੰਜਾਬ ਤੋਂ ਅਤੇ ਹਿੰਦੁਸਤਾਨ ਤੋਂ ਮਿਟਾਉਣ ਲਈ ਪੂਰਾ ਯਤਨ ਕਰਨਗੇ। ਇੱਕ ਗੱਲ ਮੈਂ ਹੋਰ ਇਹ ਕਹਿਣਾ ਚਾਹੁੰਦਾ ਵੀ ਸਾਰੇ ਨਿਵਾਸੀਆਂ ਨੂੰ, ਪੰਜਾਬ ਦੇ ਹਿੰਦੁਸਤਾਨੀਆਂ ਨੂੰ, ਵੀ ਸਾਡੇ ਜਿਹੜੇ ਪ੍ਰਸ਼ਾਸਨੀ ਸਾਧਨ ਨੇ ਬਹੁਤ ਘੱਟ ਹੈਗੇ ਹੈ। ਕਰਫਿਊ ਅਤੇ ਜਿਹੜਾ ਲੋਕਡਾਊਨ ਹੈ ਇਹਦੀ ਉਲੰਘਣਾ ਨਾ ਕਰਕੇ ਉਹਨਾਂ ਨਾਲ ਆਪਾਂ ਸਾਥ ਦੇਈਏ ਤਾਂ ਕਿ ਉਹ ਆਪਣੇ
ਜਿਹੜੇ ਸੀਮਤ ਸਾਧਨ ਨੇ ਸਾਡੀ ਸੇਵਾ ਦੇ ਵਿੱਚ ਲਗਾ ਸਕਣ। ਸ਼ੁਕਰੀਆ। ਮੈਂ ਮੇਜਰ ਜਨਰਲ ਗੁਰਜੀਤ ਸਿੰਘ ਸਿੱਧੂ ਰਿਟਾਇਰਡ ਕਰੋਨਾ ਵਾਇਰਸ ਬਾਰੇ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦਾ ਹਾਂ। ਇਹ ਮਹਾਂਮਾਰੀ ਇੱਕ ਵੱਡੇ ਤੋਂ ਵੱਡੇ ਜੰਗ ਤੋਂ ਅਤੇ ਭਿਆਨਕ ਤੋਂ ਭਿਆਨਕ ਜੰਗ ਤੋਂ ਵੀ ਜ਼ਿਆਦਾ ਖਤਰਨਾਕ ਹੈ। ਇਹਨੂੰ ਅਸੀਂ ਹਿੰਮਤ ਅਤੇ ਹੌਸਲੇ ਨਾਲ ਹੀ ਹਰਾ ਸਕਦੇ ਹਾਂ। ਇਹਦਾ ਸਾਰਿਆਂ ਨਾਲੋਂ ਸਹੀ ਅਤੇ ਅਸਰਦਾਰ ਤਰੀਕਾ ਉਹ ਹਦਾਇਤਾਂ ਅਤੇ ਉਹ ਇੰਸਟਰਕਸ਼ਨਸ ਆਪਣੇ ਅਖਤਿਆਰ ਕਰਨਾ, ਉਹਨਾਂ ਉੱਤੇ ਅਸਰ ਕਰਨਾ ਜ਼ਰੂਰੀ ਹੈ ਜੋ ਸਾਨੂੰ ਡਾਕਟਰ ਸਾਹਿਬਾਨ ਨੇ ਅਤੇ ਐਡਮਿਨਿਸਟ੍ਰੇਸ਼ਨ ਨੇ ਦਿੱਤੀਆਂ ਹਨ। ਇਹਨਾਂ ਵਿੱਚ ਸਾਰਿਆਂ ਨਾਲੋਂ ਇੰਪੋਰਟੈਂਟ ਪ੍ਰੀਵੈਂਟਿਵ ਮੇਜਰਸ ਹਨ ਜੋ ਸਾਨੂੰ ਸਾਰਿਆਂ ਨੂੰ ਪੂਰੇ ਦਿਲ ਨਾਲ, ਪੂਰੇ ਸਹਿਯੋਗ ਨਾਲ ਫੋਲੋ ਕਰਨੇ ਚਾਹੀਦੇ ਨੇ। ਇਸੇ ਨਾਲ ਅਸੀਂ ਜ਼ਰੂਰ ਇਸ ਲੜਾਈ ਵਿੱਚ ਜਿੱਤ ਹਾਸਲ ਕਰ ਸਕਾਂਗੇ। ਥੈਂਕ ਯੂ। ਮੈਂ ਡਾਕਟਰ ਮਨਮੋਹਨ ਸਿੰਘ, ਕਾਰਡੀਓਲੋਜਿਸਟ ਅਤੇ ਫਾਰਮਰ ਪ੍ਰੈਜੀਡੈਂਟ ਪੰਜਾਬ ਮੈਡੀਕਲ ਕਾਉਂਸਲ, ਤੁਹਾਡੇ ਨਾਲ ਅੱਜ ਸੰਬੋਧਿਤ ਹਾਂ ਅਤੇ ਆਪਣੇ ਵਿਚਾਰ ਸਾਂਝੇ ਕਰਦਾ ਹਾਂ ਕਿ ਇਸ ਬਿਮਾਰੀ ਤੋਂ ਕਿਵੇਂ ਬਚਿਆ ਜਾ ਸਕਦਾ ਹੈ, ਕਿਉਂਕਿ ਬਚਾਓ ਹੀ ਇੱਕ ਤਰੀਕਾ ਹੈ ਇਸ ਨਾਲ ਲੜਨ ਦਾ। ਹੋਰ ਕੋਈ ਨਾ ਤਾਂ ਸਾਡੇ ਕੋਲ ਕੋਈ ਦਵਾਈ ਹੈ ਨਾ ਕੋਈ ਵੈਕਸੀਨ। ਸਭ ਤੋਂ ਪਹਿਲਾਂ ਤਾਂ ਸਾਨੂੰ ਘਰੋਂ ਬਾਹਰ ਨਹੀਂ ਨਿਕਲਣਾ ਚਾਹੀਦਾ ਬਿਲਕੁਲ ਵੀ, ਜਦ ਤੱਕ ਕਰਕੇ ਸਾਡੇ ਕੋਲ ਹੋਰ ਕੋਈ ਚਾਰਾ ਨਹੀਂ ਤਾਂ ਘਰੋਂ ਨਾ ਨਿਕਲੋ। ਸੋਸ਼ਲ ਡਿਸਟੈਂਸਿੰਗ, ਇੱਕ ਦੂਜੇ ਦੇ ਵਿੱਚ ਆਪਾਂ ਨੂੰ 1 ਮੀਟਰ ਜਾਂ 3 ਫੁੱਟ ਦਾ ਡਿਸਟੈਂਸ ਜ਼ਰੂਰ ਰੱਖਣਾ ਚਾਹੀਦਾ। ਕਿਸੇ ਨਾਲ ਹੱਥ ਨਹੀਂ ਮਿਲਾਉਣਾ, ਕਿਸੇ ਨਾਲ ਜੱਫੀ ਨਹੀਂ ਪਾਉਣੀ। ਹਮੇਸ਼ਾ ਆਪਣੇ ਆਪ ਨੂੰ ਦੂਜਿਆਂ ਤੋਂ ਦੂਰ ਅਤੇ ਦੂਜਿਆਂ ਨੂੰ ਆਪਣੇ ਆਪ ਤੋਂ ਦੂਰ ਰੱਖਣਾ ਚਾਹੀਦਾ। ਮੁੜ ਕੇ ਹੱਥ ਧੋਣੇ ਸਾਡੇ ਲਈ ਬਹੁਤ ਜ਼ਰੂਰੀ ਹਨ, ਸਪੈਸ਼ਲੀ ਜੇ ਅਸੀਂ ਖਾਣਾ ਖਾਣਾ ਹੈ ਜਾਂ ਆਪਣੇ ਮੂੰਹ ਨੂੰ ਹੱਥ ਲਾਉਣਾ ਹੈ ਤਾਂ ਉਸ ਤੋਂ ਪਹਿਲਾਂ ਸਾਬਣ ਦੇ ਨਾਲ 20 ਸਕਿੰਟ ਲਈ ਹੱਥ ਜ਼ਰੂਰ ਧੋ, ਅਤੇ ਜੇ ਸਾਬਣ ਪਾਣੀ ਨਹੀਂ ਹੈ ਤਾਂ ਫਿਰ ਸੈਨੇਟਾਈਜ਼ਰ ਜੋ ਕਿ ਐਲਕੋਹਲ ਬੇਸ ਸੈਨੇਟਾਈਜ਼ਰ ਹਨ ਉਹਨਾਂ ਨਾਲ ਹੱਥ ਆਪਣੇ ਅੱਛੀ ਤਰ੍ਹਾਂ ਸਾਫ਼ ਕਰੋ। ਆਪਣੇ ਫੇਸ ਨੂੰ ਬਿਲਕੁਲ ਕੋਸ਼ਿਸ਼ ਕਰੋ ਨਾ ਟੱਚ ਕਰੋ, ਅਤੇ ਕਫ ਐਟੀਕੇਟਸ ਮੇਨਟੇਨ ਕਰੋ। ਜਿਵੇਂ ਕਿ ਜੇ ਕਿਸੇ ਨੂੰ ਖਾਂਸੀ ਹੈ ਤਾਂ ਛਿੱਕ ਹੈ ਤਾਂ ਉਹ ਆਪਣੀ ਖਾਂਸੀ ਜਾਂ ਛਿੱਕ ਆਪਣੀ ਮੋਢੇ ਆਪਣੇ ਐਲਬੋ ਵਿੱਚ ਕਰੇ, ਇਸ ਤਰ੍ਹਾਂ ਕਰਕੇ ਕਰੋ, ਅਤੇ ਜਾਂ ਕੋਈ ਟਿਸ਼ੂ ਲੈ ਕੇ ਕਰੋ ਤਾਂ ਕਿ ਜਿਹੜੇ ਸਾਡੇ ਜਰਾਸੀਮ ਹੈ ਉਹ ਬਾਹਰ ਨਾ ਜਾਣ। ਇਸ ਬਿਮਾਰੀ ਬਾਰੇ ਮੈਂ ਤੁਹਾਨੂੰ ਇੰਨਾ ਹੀ ਕਹਿ ਸਕਦਾ ਕਿ ਜੇ ਅਸੀਂ ਇਸ ਨੂੰ ਨਾ ਰੋਕਿਆ ਤਾਂ ਇਹ ਸਾਡੀ ਕੌਮ ਨੂੰ, ਸਾਡੇ ਦੇਸ਼ ਨੂੰ, ਸਾਡੇ ਸੂਬੇ ਨੂੰ ਨਸ਼ਟ ਕਰ ਦੇਵੇਗੀ। ਅਤੇ ਜੇ ਅਸੀਂ ਇਸ ਬਿਮਾਰੀ ਨੂੰ ਨਾ ਰੋਕਿਆ ਤਾਂ ਸਾਡੇ ਕੋਲ ਕੋਈ ਐਸੇ ਰਿਸੋਰਸਿਸ ਨਹੀਂ ਹੈ ਜੇ ਕਿ ਜਿਵੇਂ ਕਿ ਅਸੀਂ ਇਸ ਨਾਲ ਲੜ ਸਕਾਂਗੇ ਜਿਵੇਂ ਦੂਜੇ ਮੁਲਕਾਂ ਨੇ ਲੜਾਈ ਕੀਤੀ। ਸੋ ਰੋਕਣਾ ਸਾਡੇ ਲਈ ਬਹੁਤ ਜ਼ਰੂਰੀ। ਧੰਨਵਾਦ। ਮੈਂ ਏਅਰ ਮਾਰਸ਼ਲ ਗਿੱਲ, ਰਿਟਾਇਰਡ। ਮੇਰਾ ਸੁਨੇਹਾ ਦੇਸ਼ ਵਾਸੀਆਂ ਵਾਸਤੇ ਅਤੇ ਪੰਜਾਬੀਆਂ ਵਾਸਤੇ ਇਹੀ ਹੈ ਕਿ ਇੱਕ ਸਾਡੇ ਸਾਹਮਣੇ ਇੱਕ ਬਹੁਤ ਵੱਡੀ ਲੜਾਈ ਹੈ। ਇਸ ਲੜਾਈ ਤੋਂ ਸਾਨੂੰ ਡਰਨਾ ਨਹੀਂ, ਐਕਚੁਅਲੀ ਲੜਨਾ ਹੈ। ਜੇ ਤੁਹਾਨੂੰ ਯਾਦ ਹੋਵੇ ਇਹ ਕੋਰੋਨਾ ਵਾਇਰਸ ਚਾਈਨਾ ਤੋਂ ਸ਼ੁਰੂ ਹੋਈ ਅਤੇ ਉਹਨਾਂ ਨੇ ਚਾਈਨੀਜ਼ ਨੇ ਇੱਕ ਬਹੁਤ ਢੰਗ ਨਾਲ ਇਸ ਲੜਾਈ 'ਚ ਸਫਲਤਾ ਪਾਈ ਹੈ, ਉਹ ਹੈ ਆਈਸੋਲੇਸ਼ਨ। ਆਈਸੋਲੇਸ਼ਨ ਦਾ ਮਤਲਬ ਡਾਕਟਰ ਸਾਹਿਬ ਨੇ ਤੁਹਾਨੂੰ ਸਮਝਾ ਹੀ ਦਿੱਤਾ, ਆਪਾਂ ਨੇ ਘਰ ਤੋਂ ਬਾਹਰ ਨਹੀਂ ਨਿਕਲਣਾ, ਆਪਾਂ ਨੇ ਕਿਸੇ ਨਾਲ ਹੱਥ ਨਹੀਂ ਮਿਲਾਉਣਾ। ਅਤੇ ਮੈਂ ਦੂਜੀ ਗੱਲ ਇਹ ਵੀ ਕਹਿਣਾ ਚਾਹੂੰਗਾ ਕਿ ਜਿਹੜੇ ਕਿ ਪੁਲਿਸ ਕਰਮਚਾਰੀ ਜੋ ਕਿ ਬਹੁਤ ਵਧੀਆ ਕੰਮ ਕਰ ਰਹੇ ਨੇ 2 ਦਿਨਾਂ ਤੋਂ ਜਾਂ 4 ਦਿਨਾਂ ਤੋਂ, ਉਹਨਾਂ ਤੋਂ ਆਪਾਂ ਨੂੰ ਡਰਨ ਦੀ ਲੋੜ ਨਹੀਂ। ਜੇ ਤੁਹਾਨੂੰ ਉਹ ਰੋਕਦੇ ਨੇ ਤਾਂ ਤੁਹਾਡੀ ਹੀ ਸਿਹਤ ਵਾਸਤੇ ਰੋਕਦੇ ਨੇ। ਮੇਰੀ ਗੁਜ਼ਾਰਿਸ਼ ਇਹੀ ਰਹੂਗੀ ਸਾਰੇ ਦੇਸ਼ ਵਾਸੀਆਂ ਨੂੰ ਅਤੇ ਪੰਜਾਬੀਆਂ ਨੂੰ ਕਿ ਆਪਣੇ ਘਰ 'ਚ ਹੀ ਰਹਿ ਕੇ ਆਪਣੇ 21 ਦਿਨ ਕੱਢੋ ਅਤੇ ਉਸ ਤੋਂ ਬਾਅਦ ਆਪਣੀ ਸਫਲਤਾ ਪ੍ਰਾਪਤ ਕਰੋ। ਥੈਂਕ ਯੂ। ਮੈਂ ਡਾਕਟਰ ਧਰਮਿੰਦਰ ਸਿੰਘ ਉੱਭਾ, ਪ੍ਰਿੰਸੀਪਲ ਖਾਲਸਾ ਕਾਲਜ ਪਟਿਆਲਾ, ਆਪਣੇ ਦੇਸ਼ ਦਾ ਭਵਿੱਖ ਨੌਜਵਾਨ ਵਿਦਿਆਰਥੀਆਂ ਨੂੰ ਸੰਬੋਧਨ ਹੋ ਰਿਹਾ ਹਾਂ। ਮੇਰੇ ਨੌਜਵਾਨ ਵਿਦਿਆਰਥੀਓ, ਕਰੋਨਾ ਦਾ ਪ੍ਰਕੋਪ ਜੋ ਬਹੁਤ ਵੱਡੇ ਤਰੀਕੇ ਨਾਲ ਸਾਡੇ ਦੇਸ਼ ਵਿੱਚ ਫੈਲ ਰਿਹਾ ਹੈ, ਇਸ ਦੇ ਬਚਾਓ ਵਿੱਚ ਤੁਸੀਂ ਨੌਜਵਾਨ ਬਹੁਤ ਵੱਡਾ ਰੋਲ ਅਦਾ ਕਰ ਸਕਦੇ ਹੋ। ਔਰ ਇਹ ਰੋਲ ਕੀ ਹੈ,
ਅਸੀਂ ਘਰਾਂ ਦੇ ਵਿੱਚ ਰਹਿਣਾ ਹੈ, ਅਸੀਂ ਆਈਸੋਲੇਟ ਹੋ ਕੇ ਰਹਿਣਾ ਹੈ, ਅਸੀਂ ਪੁਲਿਸ ਨੂੰ ਪ੍ਰਸ਼ਾਸਨ ਨੂੰ ਸਹਿਯੋਗ ਦੇਣਾ ਹੈ ਔਰ ਨਾਲ ਦੀ ਨਾਲ ਆਪਣੇ ਇਸ ਸਮੇਂ ਦੀ ਘਰਾਂ 'ਚ ਰਹਿੰਦੇ ਹੋਏ ਸਾਰਥਿਕ ਵਰਤੋਂ ਕਰਨੀ ਆ। ਚੰਗੀਆਂ ਪੁਸਤਕਾਂ ਪੜ੍ਹੋ, ਆਪਣੀ ਪੜ੍ਹਾਈ ਦੇ ਨਾਲ ਜੁੜੋ, ਚੰਗੀ ਫਿਲਮਾਂ ਦੇਖ ਸਕਦੇ ਹੋ, ਸੈਲਫ ਰਿਲਾਈਜੇਸ਼ਨ ਵੱਲ ਜਾ ਸਕਦੇ ਹੋ, ਮੈਡੀਟੇਸ਼ਨ ਕਰ ਸਕਦੇ ਹੋ। ਔਰ ਹਾਂ ਪਿਆਰੇ ਵਿਦਿਆਰਥੀਓ, ਸਾਡੇ ਲਈ ਇਸ ਸਮੇਂ ਇਹ ਵੀ ਬਹੁਤ ਜ਼ਰੂਰੀ ਆ ਕਿ ਘਰ ਵਿੱਚ ਬੈਠ ਕੇ ਆਪਣੇ ਮਾਪਿਆਂ ਨਾਲ, ਆਪਣੇ ਵੱਡੇ ਵਡੇਰਿਆਂ ਨਾਲ ਘਰ ਦੇ ਸੰਸਕਾਰ, ਘਰ ਦੇ ਸੰਕਲਪ ਨੂੰ ਤੁਸੀਂ ਗੂੜਾ ਕਰਦੇ ਹੋਏ ਆਪਣੇ ਵਿਰਸੇ ਨੂੰ ਮੁੜ ਸੁਰਜੀਤ ਕਰ ਸਕਦੇ ਹੋ। ਸੋ ਘਰੇ ਰਹੋ, ਘਰੇ ਟਿਕੋ, ਅੰਦਰ ਰਹੋ, ਪ੍ਰਸ਼ਾਸਨ ਨੂੰ ਪੁਲਿਸ ਨੂੰ ਸਹਿਯੋਗ ਕਰੋ ਤਾਂ ਜੋ ਅਸੀਂ ਇਸ ਨਾ ਮੁਰਾਦ ਬਿਮਾਰੀ ਤੋਂ ਖਹਿੜਾ ਛੁਡਾ ਸਕੀਏ। ਬਹੁਤ ਬਹੁਤ ਧੰਨਵਾਦ। ਮੈਂ ਬ੍ਰਿਗੇਡੀਅਰ ਡੇਵਿਡ ਗਰੇਵਾਲ, ਡਿਸਟ੍ਰਿਕਟ ਹੈੱਡ, ਗਾਰਡੀਅਨਸ ਆਫ ਗਵਰਨੈਂਸ ਜਾਂ ਖੁਸ਼ਹਾਲੀ ਦੇ ਰਾਖੇ। ਅੱਜ ਕਰਫਿਊ ਦਾ ਤੀਜਾ ਦਿਨ ਹੈਗਾ ਅਤੇ ਜਿਹੜੇ ਮੇਰੇ ਖੁਸ਼ਹਾਲੀ ਦੇ ਰਾਖੇ ਜਾਂ ਫੌਜੀ ਆਪਣੇ ਆਪਣੇ ਪਿੰਡਾਂ 'ਚੋਂ ਮੈਨੂੰ ਫੀਡਬੈਕ ਦਿੱਤਾ ਹੈਗਾ, ਉਹਦੇ 'ਚੋਂ ਇੱਕ ਬੜੀ ਵੱਡੀ ਗੱਲ ਆ ਰਹੀ ਹੈ, ਉਹ ਇਹ ਹੈ ਕਿ ਜੋ ਸੀਰੀਅਸਨੈਸ ਆਪਾਂ ਸ਼ਹਿਰਾਂ 'ਚ ਦੇਖ ਰਹੇ ਹਾਂ, ਕਰਫਿਊ ਲੱਗ ਰਿਹਾ, ਕੋਈ ਹਰਕਤ ਨਹੀਂ ਹੋ ਰਹੀ, ਇਹ ਗੱਲ ਪਿੰਡਾਂ 'ਚ ਹਜੇ ਵੀ ਠੀਕ ਨਹੀਂ ਹੈ। ਪਿੰਡਾਂ 'ਚ ਉਹ ਸੀਰੀਅਸਨੈਸ ਨਹੀਂ ਆਈ ਜਿਹੜੀ ਆਉਣੀ ਚਾਹੀਦੀ ਹੈ। ਪਿੰਡਾਂ ਦੇ ਵਿੱਚ ਹਜੇ ਵੀ ਆਪਣੇ ਪਿੰਡ ਵਾਸੀ ਜਿਵੇਂ ਪਹਿਲਾਂ ਹਰ ਰੋਜ਼ ਕਰਦੇ ਰਹਿੰਦੇ ਸੀਗੇ, ਤਾਸ਼ ਖੇਡਦੇ ਰਹਿੰਦੇ ਨੇ, ਬਾਹਰ ਆ ਕੇ ਗੱਲਾਂ ਮਾਰਦੇ ਰਹਿੰਦੇ ਨੇ, ਇਹ ਸਭ ਕੁਝ ਬੰਦ ਹੋਣਾ ਚਾਹੀਦਾ। ਅਗਰ ਤੁਹਾਨੂੰ ਖੁਸ਼ਹਾਲੀ ਦਾ ਰਾਖਾ ਆ ਕੇ ਰਿਕੁਐਸਟ ਕਰਦਾ ਹੈ ਕਿ ਤੁਸੀਂ ਆਪਣੇ ਆਪਣੇ ਘਰ ਚਲੇ ਜਾਓ, ਤਾਂ ਮੇਰੀ ਤੁਹਾਡੇ ਨਾਲ ਦਰਖਾਸਤ ਹੈ, ਉਹਦੀ ਗੱਲ ਮੰਨੋ। ਇਹ ਜਿਹੜੀ ਬਿਮਾਰੀ ਹੈ, ਇਹ ਆਪਾਂ ਸਾਰਿਆਂ ਨੇ ਇਕੱਠੇ ਰਲ ਕੇ ਆਪਣੇ ਸਟੇਟ 'ਚੋਂ ਅਤੇ ਦੇਸ਼ 'ਚੋਂ ਕੱਢਣੀ ਹੈਗੀ। ਤਾਂ ਅਗਰ ਉਹ ਤੁਹਾਨੂੰ ਕੁਛ ਕਹਿੰਦਾ ਹੈ, ਉਹਦੀ ਗੱਲ ਸੁਣੋ, ਇਹ ਆਪਣਾ ਫਰਜ਼ ਬਣਦਾ ਹੈਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।